ਪੰਜਾਬ ਦੇ ਵਿੱਚ ਆਤੰਕਵਾਦ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਤੇ ਆਰਮੀ ਚੀਫ ਵੱਲੋਂ ਇੱਕ ਖਸਾ ਜ਼ਾਹਿਰ ਕੀਤਾ ਗਿਆ ਕਿ ਪੰਜਾਬ ਦੇ ਹਾਲਾਤ ਵਿਗੜਨ ਦੇ ਕੋਸ਼ਿਸ਼ਾਂ ਜਾਰੀ ਨੇ। ਸਾਡੇ ਨਾਲ ਮੌਜੂਦ ਨੇ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿਟਾਈ। ਬਿਟਾਈ ਕੀ ਕਹੋਗੇ ਤੁਸੀਂ ਆਤੰਕਵਾਦ ਦੇ ਖਿਲਾਫ ਲਗਾਤਾਰ ਲੜ ਰਹੇ ਹੋ, ਪੰਜਾਬ ਦਾ ਮਾਹੌਲ ਇਸ ਸਮੇਂ ਫਿਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ 6-7 ਆਤੰਕੀ ਜ਼ਾਕਿਰ ਮੂਸਾ ਦੇ ਵੀ ਪੰਜਾਬ ਵਿੱਚ ਹੋਣ ਦੇ ਖਸਾ ਜ਼ਾਹਿਰ ਕੀਤੀ ਜਾ ਰਹੀ ਹੈ? ਦੇਖੋ ਗੱਲ ਇਹ ਹੈ ਵੀ ਅਮਨ ਸ਼ਾਂਤੀ ਪੰਜਾਬ 'ਚ ਬੜੀ ਕੁਰਬਾਨੀਆਂ ਨਾਲ ਮਿਲੇ, ਅੱਜ ਵੀ ਸਾਡੇ ਪੰਜਾਬ 'ਚ ਅਮਨ ਸ਼ਾਂਤੀ ਹੈ। ਪਾਕਿਸਤਾਨ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ, ਪਰ ਸਾਨੂੰ ਰਾਜਨੀਤਿਕ ਪੋਲੀਟੀਕਲ ਪਾਰਟੀਆਂ ਨੂੰ ਆਪਸ ਦੇ ਵਿੱਚ ਪਹਿਲੇ ਦੀ ਤਰ੍ਹਾਂ ਇਕੱਠੇ ਹੋਣ ਦੀ ਲੋੜ ਹੈ। ਵੋਟ ਬੈਂਕ, ਕੁਰਸੀ, ਸੱਤਾ ਇਹਨੂੰ ਛੱਡ ਕੇ ਸਾਨੂੰ ਸਭ ਤੋਂ ਨੰਬਰ ਇੱਕ ਕੰਮ ਹੋਣਾ ਚਾਹੀਦਾ ਭਾਰਤ ਮਾਤਾ ਦੀ ਆਜ਼ਾਦੀ ਦੀ ਰੱਖਿਆ ਅਤੇ ਪੰਜਾਬ ਦੀ ਅਮਨ ਸ਼ਾਂਤੀ। ਜੇ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰੇ ਧਰਮਾਂ ਦੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰਾਂਗੇ ਤੇ ਇੱਥੇ ਬੰਬ ਗੋਲੀਆਂ ਵੀ ਕੋਈ ਅਸਰ ਨਹੀਂ ਕਰ ਸਕਦੇ, ਇਹ ਮੇਰੀ ਗਰੰਟੀ। ਆਰਮੀ ਚੀਫ ਵੱਲੋਂ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਬਿਆਨ ਦਿੱਤਾ ਗਿਆ ਸੀਗਾ ਪੰਜਾਬ ਵਿੱਚ ਖਾਲਿਸਤਾਨ ਮੂਵਮੈਂਟ ਦੇ ਜੋ ਸੰਕੇਤ ਆ ਰਹੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕਦਾ, ਅਲਰਟ ਵੀ ਜਾਰੀ ਹੋਇਆ ਹੋਇਆ ਵਾ ਪੰਜਾਬ ਵਿੱਚ ਆਤੰਕਵਾਦੀਆਂ ਦੇ ਰਿਗਾਰਡਿੰਗ? ਦੇਖੋ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਇਨਪੁੱਟ ਆਉਂਦੇ ਰਹਿੰਦੇ ਨੇ, ਪਰ ਉਹਨੂੰ ਇੰਨਾ ਵੀ ਨਹੀਂ ਸਾਨੂੰ ਡਰ ਜਾਣਾ ਚਾਹੀਦਾ ਵੀ ਆਰਮੀ ਚੀਫ ਨੇ ਕਿਹਾ ਤੇ ਆਹ ਚੀਜ਼ ਹੋ ਸਕਦੀ ਹੈ। ਸਾਨੂੰ ਪਬਲਿਕ ਨੂੰ ਅਵੇਅਰ ਕਰਨਾ ਚਾਹੀਦਾ, ਸਾਨੂੰ ਗਵਰਨਮੈਂਟ ਨੂੰ ਬੜਾ ਅਲਰਟ ਰਹਿਣਾ ਚਾਹੀਦਾ, ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਬੜਾ ਅਲਰਟ ਰਹਿਣਾ ਚਾਹੀਦਾ। ਇਹ ਨਹੀਂ ਵੀ ਪੋਲੀਟੀਕਲ ਪਾਰਟੀਆਂ ਵੋਟ ਲੈ ਲੈਣ, ਸੱਤਾ ਲੈ ਲੈਣ ਔਰ MLA ਬਣ ਜਾਣ, MP ਬਣ ਜਾਣ। ਜਿਹੜਾ ਸਾਡੇ ਥੱਲੇ ਕਾਰਜਕਰਤਾ ਨੇ ਹਰ ਪੋਲੀਟੀਕਲ ਪਾਰਟੀ ਦਾ, ਅਸੀਂ ਉਹਨਾਂ ਨੂੰ ਅਵੇਅਰ ਕਰੀਏ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ। ਇਹ ਨਹੀਂ ਕਿ ਹਰ ਚੀਜ਼ ਅਸੀਂ ਪੁਲਿਸ 'ਤੇ ਪਾ ਦਈਏ, ਹਰ ਚੀਜ਼ ਸਰਕਾਰ 'ਤੇ ਪਾ ਦਈਏ। ਪਬਲਿਕ ਦਾ ਕੀ, ਆਪਣੇ ਵਰਕਰ ਦਾ ਕੀ ਕੰਮ ਹੈ? BJP ਹੈ, ਕਾਂਗਰਸ ਹੈ, ਅਕਾਲੀ ਦਲ ਹੈ, ਉਹ ਵਰਕਰਾਂ ਦੀ ਡਿਊਟੀ ਲਾਉਣ ਕਿ ਵਰਕਰ ਅਲਰਟ ਰਹਿਣ, ਜਿਸ ਤਰ੍ਹਾਂ ਨਸ਼ਿਆਂ ਦੇ ਉੱਤੇ ਅਲਰਟ ਰਹਿਣ ਔਰ ਇਹਦੇ 'ਤੇ ਵੀ ਅਲਰਟ ਰਹਿਣ, ਸਾਨੂੰ ਜ਼ਿੰਮੇਦਾਰੀ ਚੁੱਕਣੀ ਚਾਹੀਦੀ। ਸਰ, ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਵਾਰੀ ਬਿਆਨ ਦਿੱਤਾ ਗਿਆ ਕਿ ਜਿਹੜਾ ਹੈਗਾ ਕਾਂਗਰਸ ਧਾਰਮਿਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਲੀਟੀਕਲ ਕੋਈ ਜਵਾਬ ਜੂਬ ਨਹੀਂ ਦਿੰਦਾ, ਪੋਲੀਟੀਕਲ ਮੇਰਾ ਕੋਈ ਕੰਮ ਨਹੀਂ, ਮੇਰਾ ਰਾਜਨੀਤਿਕ ਮੁੱਦਾ ਨਹੀਂ ਹੈ, ਉਹਨਾਂ ਦੀਆਂ ਪੋਲੀਟੀਕਲ ਪਾਰਟੀਆਂ ਆਪ ਜੋ ਕਰਨ, ਮੈਂ ਰਾਜਨੀਤਿਕ ਬਤਾ ਜੀ। ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ 2020 ਦੀ ਬੜੀ ਚਰਚਾ ਚੱਲ ਰਹੀ ਹੈ ਤੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? 12 ਤਰੀਕ ਨੂੰ ਰਗੜ ਦਿੱਤਾ ਦਿੱਲੀ ਦੇ ਵਿੱਚ ਜਾ ਕੇ ਸਾਰਿਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਹਾਂ ਵੀ ਖਾਲਿਸਤਾਨ ਨੂੰ ਲੈ ਕੇ ਲੋਕਾਂ ਦਾ, ਇਹਨਾਂ ਦੀ ਐਸੀ ਦੀ ਤੈਸੀ, ਪਹਿਲਾਂ ਵੀ ਰਗੜਿਆ ਸੀ ਫਿਰ ਰਗੜੂ, ਖਾਲਿਸਤਾਨ ਇੱਥੇ ਬਣ ਜੂ ਪੰਜਾਬ 'ਚ, ਸਾਡੀਆਂ ਲਾਸ਼ਾਂ ਤੋਂ ਗੰਦੀ ਹਨੇਰੀ ਦੀ ਤਰ੍ਹਾਂ ਨਿਕਲ ਜਾਏਗਾ। ਖਾਲਿਸਤਾਨ ਦਾ ਮਤਲਬ ਕੀ ਹੈ, ਕੀ ਮਤਲਬ ਖਾਲਿਸਤਾਨ ਦਾ ਵੀ ਸਾਰੇ ਹਿੰਦੁਸਤਾਨ ਦੇ ਸਿੱਖ ਪੰਜਾਬ 'ਚ ਆ ਜਾਓ ਅਤੇ ਬਾਕੀ ਸਾਰੀਆਂ ਕੌਮਾਂ ਨਿਕਲ ਜਾਓ? ਅਰੇ ਹਿੰਦੁਸਤਾਨ ਸਾਡਾ ਸਾਰਿਆਂ ਦਾ, ਕਿਹੜਾ ਖਾਲਿਸਤਾਨ? ਖਾਲਿਸਤਾਨ ਨਾ ਬਣਨ ਦਿੱਤਾ ਨਾ ਕਦੀ ਬਣੂ, ਇਹ ਗਰੰਟੀ ਨਾ ਮੈਂ ਕਹਿ ਸਕਦਾ। ਬਰਗਾੜੀ ਮੋਰਚੇ ਦੇ ਵਿੱਚ ਧਾਰਮਿਕ ਜਥੇਬੰਦੀਆਂ ਬੈਠੀਆਂ, ਉੱਥੇ ਕੁਝ ਆਤੰਕਵਾਦੀਆਂ ਦੀ ਫੋਟੋ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਲੱਗੀਆਂ ਤੇ ਛੱਡੋ ਇਹਨਾਂ ਚੀਜ਼ਾਂ, ਆਪਾਂ ਵੱਡੀਆਂ ਗੱਲਾਂ ਕਰੀਏ ਕਿ ਕਿਹੜਾ ਜਗਤਾਰ ਸਿੰਘ ਹਵਾਰਾ। ਜੀ ਬਿਲਕੁਲ, ਇਹ ਸੀਗੇ ਮਨਿੰਦਰਜੀਤ ਸਿੰਘ ਬਿੱਟਾ ਜਿਨ੍ਹਾਂ ਦਾ ਸਾਫ਼ ਕਹਿਣਾ ਕਿ ਖਾਲਿਸਤਾਨ ਨਾ ਕਦੀ ਬਣਿਆ ਤੇ ਨਾ ਕਦੀ ਬਣਨ ਦਿੱਤਾ ਜਾਵੇਗਾ। ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਉਹ ਬਿਲਕੁਲ ਵੀ ਕਾਮਯਾਬ ਨਹੀਂ ਹੋਣਗੀਆਂ, ਚਾਹੇ ਜਿਸ ਤਰ੍ਹਾਂ ਦੀ ਮਰਜ਼ੀ ਬਿਆਨਬਾਜ਼ੀ ਆਉਣ ਵਾਲੇ ਟਾਈਮ ਦੇ ਵਿੱਚ ਹੁੰਦੀ ਰਹੇ।